15 ਸਾਲ ਦੇ ਕਿਡਨੈਪ ਹੋਏ ਬੱਚੇ ਨੂੰ ਪੁਲਿਸ ਦੇ ਵੱਲੋਂ ਹੁਣ ਬਰਾਮਦ ਕਰ ਲਿਆ ਗਿਆ। ਦੱਸਦੀਏ ਕਿ 2 ਕਿਡਨੈਪਰਾਂ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਤੋਂ ਇੱਕ 15 ਸਾਲ ਦਾ ਬੱਚਾ ਕਿਡਨੈਪ ਹੁੰਦਾ, ਜਿਸ ਤੋਂ ਬਾਅਦ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਜਦੋਂ ਹਰਕਤ ਦੇ ਵਿੱਚ ਆਉਂਦੀ ਹੈ ਤਾਂ ਗੁਰਦਾਸਪੁਰ ਤੋਂ ਕਿਡਨੈਪ ਹੋਏ ਬੱਚੇ ਨੂੰ ਬਰਾਮਦ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ 2 ਕਿਡਨੈਪਰਾਂ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਹਵਾਲੇ ਹੁਣ ਬੱਚੇ ਨੂੰ ਕਰ ਦਿੱਤਾ ਤੇ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ, ਕਿਉਂਕਿ ਉਹਨਾਂ ਦਾ ਆਪਣਾ 15 ਸਾਲ ਦਾ ਬੱਚਾ ਜੋ ਕਿਡਨੈਪ ਹੋਇਆ ਸੀ ਉਹ ਸਹੀ ਸਲਾਮਤ ਉਹਨਾਂ ਨੂੰ ਮਿਲ ਚੁੱਕਾ ਹੈ ਤੇ ਪਰਿਵਾਰ ਦੇ ਵੱਲੋਂ ਹੁਣ ਪੁਲਿਸ ਦਾ ਵੀ ਧੰਨਵਾਦ ਕੀਤਾ ਗਿਆ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ 25 ਤਰੀਕ ਨੂੰ ਅੰਮ੍ਰਿਤਸਰ ਤੋਂ ਇਹ ਬੱਚਾ ਕਿਡਨੈਪ ਹੁੰਦਾ, ਗੱਲਾਂ ਦੇ ਵਿੱਚ ਲਾ ਕੇ ਦੋਵੇਂ ਕਿਡਨੈਪਰ ਇਸ ਨੂੰ ਆਪਣੇ ਨਾਲ ਗੁਰਦਾਸਪੁਰ ਲੈ ਜਾਂਦੇ ਨੇ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੱਚੇ ਦੀ ਭਾਲ ਕੀਤੀ ਜਾਂਦੀ ਹੈ। ਪਰ ਬੱਚਾ ਜਦੋਂ ਨਹੀਂ ਮਿਲਦਾ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਜਦੋਂ ਆਪਣੇ ਹਰਕਤ ਦੇ ਵਿੱਚ ਆਉਂਦੀ ਹੈ ਤਾਂ ਉਸਦੇ ਵਿੱਚ ਪਤਾ ਲੱਗਦਾ ਹੈ ਕਿ 2 ਵਿਅਕਤੀ ਇਸ ਬੱਚੇ ਨੂੰ ਗੱਲਾਂ ਦੇ ਵਿੱਚ ਲਾ ਕੇ ਕਿਡਨੈਪ ਕਰਕੇ ਆਪਣੇ ਨਾਲ ਲੈ ਗਏ ਨੇ, ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਲਗਾਤਾਰ ਗੁਰਦਾਸਪੁਰ ਦੇ ਕਈ ਇਲਾਕਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਜਦੋਂ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਉਸਦੇ ਵਿੱਚ 2 ਕਿਡਨੈਪਰਾਂ ਸਮੇਤ ਬੱਚੇ ਨੂੰ ਬਰਾਮਦ ਕਰ ਲਿਆ ਗਿਆ। ਦੱਸ ਦਈਏ ਕਿ ਕਿਡਨੈਪਰਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਕਿਡਨੈਪ ਹੋਇਆ 15 ਸਾਲ ਦਾ ਬੱਚਾ ਪੁਲਿਸ ਨੇ ਬਰਾਮਦ ਕਰ ਲਿਆ ਤੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਉੱਥੇ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਹੈ ਤੇ ਪੰਜਾਬ ਪੁਲਿਸ ਦਾ ਉਹਨਾਂ ਦੇ ਵੱਲੋਂ ਧੰਨਵਾਦ ਕੀਤਾ ਗਿਆ। ਹਾਂਜੀ ਭਾਜੀ, ਆਪਣਾ ਨਾਮ ਦੱਸ ਕੇ ਕੀ ਗੱਲ? ਮੇਰਾ ਨਾਮ ਵੀਰਜੀ ਪ੍ਰਭਜੋਤ ਸਿੰਘ ਆ। ਹਾਂਜੀ, ਇਹ ਮੇਰਾ ਬੇਟਾ ਨਵਨੀਤ ਸਿੰਘ, ਇਹ ਮੇਰੇ ਨਾਲ ਰੇੜੀ ਤੇ ਜਾਂਦਾ ਸੀਗਾ, ਰੋਜ਼ ਉੱਥੇ ਖੇਡਦਾ ਖੁੱਡਦਾ ਸੀ, ਥੋੜਾ ਦਿਮਾਗੋਂ ਸਟਰੋਂਗ ਨਹੀਂ, ਐਪਸਡ ਆ ਤੇ ਇਹਨੂੰ ਕੋਈ ਜੀ ਰਾਤ ਨੂੰ ਸੰਡੇ ਦੇ ਰਾਤ ਨੂੰ 25 ਤਰੀਕ ਨੂੰ ਇਹਨੂੰ ਕੋਈ ਚੁੱਕ ਕੇ ਲੈ ਗਿਆ ਉੱਥੋਂ 9 ਵਜੇ ਰਾਤ ਨੂੰ, ਤੇ ਉਹ ਬੰਦੇ ਬਰਾਮਦ ਹੋ ਗਏ ਆ, ਪੰਜਾਬ ਪੁਲਿਸ ਨੇ ਫੜਿਆ ਉਹਨਾਂ ਨੂੰ ਗੁਰਦਾਸਪੁਰ ਦੇ ਲਾਗੋਂ, ਤੇ ਅਸੀਂ ਜੀ ਪੰਜਾਬ ਪੁਲਿਸ ਦੇ ਬਹੁਤ ਧੰਨਵਾਦੀ ਹਾਂ ਤੇ ਨਾਲ ਪ੍ਰੈਸ ਰਿਪੋਰਟਰ ਟੀਮ ਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਇਹ ਵੀਰ ਜੀ ਗੁਰਦਾਸਪੁਰ, ਇਹ ਸੂਰਜਿੰਦਰ ਸਿਲਮੇ ਤੋਂ ਲੈ ਗਏ ਆ ਤੇ ਗੁਰਦਾਸਪੁਰ ਲੈ ਗਏ ਆ, ਤੇ ਗੁਰਦਾਸਪੁਰ ਤੋਂ ਹੁਣ ਇਹਨਾਂ ਨੇ ਫੜ ਕੇ ਇੱਥੋਂ ਲਿਆਂਦਾ, ਨਾਲ ਬੱਚੇ ਨੂੰ ਸਹੀ ਸਲਾਮਤ ਤੰਦਰੁਸਤ ਲੈ ਕੇ ਆਉਂਦਾ। ਬੱਚਾ ਕਿੰਨੇ ਸਾਲਾਂ ਦਾ? ਬੱਚਾ 15 ਸਾਲ ਦਾ ਜੀ। ਕਿੰਨੇ ਬੰਦੇ ਸੀ ਉਹ? ਦੋ ਜਣੇ ਆ ਜੀ। ਉਹਨਾਂ ਦਾ ਕੋਈ ਪਤਾ ਲੱਗਿਆ ਕਿੱਥੋਂ ਦੇ ਸੀ? ਨਹੀਂ ਭਾਜੀ, ਹਲੇ ਨਹੀਂ। ਉਹਨਾਂ ਦਾ ਪਿੰਡ ਦਾ ਇਹਨਾਂ ਨੂੰ ਵੀ ਪਤਾ ਸੀ, ਇਹਨਾਂ ਨੇ ਹੁਣੇ ਅੰਦਰ ਕੀਤੀ, ਉਹਨਾਂ ਨੇ ਲਿਖਿਆ ਲੁਖਿਆ ਇਹਨਾਂ ਦਾ ਨਾਂ ਪਤਾ ਜੋ ਵੀ ਆ, ਉਹ ਸਵੇਰੇ 10 ਵਜੇ ਦਾ ਟਾਈਮ ਦਿੱਤਾ, 10 ਵਜੇ ਪਤਾ ਲੱਗੇਗਾ ਜੀ। ਕੀ ਪ੍ਰਸ਼ਾਸਨ ਨੇ ਤੁਹਾਨੂੰ ਕੀ ਕਿਹਾ? ਪੁਲਿਸ ਪ੍ਰਸ਼ਾਸਨ ਨੇ ਦੇਖੋ ਜੀ, ਸਾਡਾ ਬੱਚਾ ਸਾਨੂੰ ਸਹੀ ਸਲਾਮਤ ਮਿਲਾਤਾ, ਪੂਰਾ ਸਾਥ ਦਿੱਤਾ ਜੀ, ਪੂਰਾ ਸਾਥ ਦਿੱਤਾ, ਅਸੀਂ ਇਸ ਤੋਂ ਵੱਧ ਕੇ ਹੋਰ ਕੀ ਕਹਿ ਸਕਦੇ ਹਾਂ ਜੀ। ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ।